ਹੁਣ ਬੰਦੇ ਅਸੀਂ ਤੈਨੂੰ ਇਕੱਠੇ ਕਰਦੇ ਖਾਣੇ ਕਿਵੇਂ ਕਰੇਗਾ ਸਾਨੂੰ ਬੰਦੇ ਨੂੰ ਫੋਨ ਲਾ ਲੈ ਇੱਕ ਮਿੰਟ ਹੁਣ ਲਾ ਫੋਨ ਫੋਨ ਲਾ ਲਾ ਫੋਨ ਮਾਮਾ ਸਤਿ ਸ਼੍ਰੀ ਅਕਾਲ ਜੀ ਸਾਡੀ ਹੋਈ ਸੀ ਪਹਿਲਾਂ ਪਿੰਡ ਦੇ ਵਿੱਚ ਲੜਾਈ ਕਿਸੇ ਘਰ ਨਾਲ ਇੱਕ ਵਾਰ ਉਸ ਤੋਂ ਬਾਅਦ ਸਾਡਾ ਹੋਇਆ ਸੀ ਫੈਸਲਾ ਇੱਕ ਵਾਰ ਮੈਂਬਰ ਤਾਂ ਜਾ ਕੇ ਬਹਿ ਗਿਆ ਥਾਣੇ ਆਪ ਬੰਦੇ ਸਾਡੇ ਘਰੇ ਭੇਜ ਕੇ ਆਹ ਮੇਰੀ ਮਾਂ ਨੂੰ ਸੱਟਾਂ ਮਾਰ ਗਏ ਨੇ ਆਹ ਸਾਡੇ ਘਰੇ ਇੱਟਾਂ ਵਿਖਲ ਰਹੀ ਪਏ ਨੇ ਜਿਵੇਂ ਇੱਟਾਂ ਮਾਰ ਰਹੇ ਨੇ ਕਾਪੇ ਕਿਰਪਾਨਾਂ ਉਹਨਾਂ ਕੋਲ ਸਾਰਾ ਕੁਛ ਹੈਗਾ ਸੀ ਸਾਰੀ ਗਲੀ ਨੇ ਵੇਖਿਆ ਸਾਡੇ ਕੋਲ ਵੀਡੀਓ ਬਕਾਇਦਾ ਹੈਗੀ ਬਣੀ ਵੀ ਅਸੀਂ ਗੇਟ ਨਾ ਮਾਰਦੇ ਜਾਂ ਛਾਤੇ ਨਾਲ ਚੜ੍ਹਦੇ ਸਾਨੂੰ ਘਰੇ ਵੜ ਜਾਵਾਂ ਸਾਡੇ ਸਾਰੇ ਪਰਿਵਾਰ ਨੂੰ ਖਤਰਾ ਹੈ ਮਾਂ ਮੇਰੇ ਦਾ ਦੰਦ ਵੀ ਤੋੜਾ ਨੇ ਬੰਦੇ ਮੈਂ ਇੱਕ ਬੰਦੇ ਨੂੰ ਜਾਣਨਾ ਦੋ ਬੰਦੇ ਇੱਕ ਬੰਦਾ ਹੋਰ ਸੀ ਠੀਕ ਹੈ ਜੀ ਔਰ ਬਾਕੀ ਮੁਲਾਜ਼ਮਾਂ ਸਾਡੀ ਕੋਈ ਨਹੀਂ ਸੁਣਵਾਈ ਕੀਤੀ ਅੱਜ ਤੱਕ ਅੱਜ ਕਿੰਨਾ ਟਾਈਮ ਹੋ ਗਿਆ ਸੀ ਹਫ਼ਤਾ ਪਹਿਲਾਂ ਦਰਖਾਸਤ ਦੇ ਕੇ ਐਵੇਂ ਅਜੇ ਤੱਕ ਕੋਈ ਇੱਥੇ ਮੁਲਾਜ਼ਮ ਵੀ ਨਹੀਂ ਪਹੁੰਚਿਆ ਫੋਨ ਵੀ ਹੋ ਗਿਆ ਕਹੋ ਤਾਂ ਥਾਣੇ ਗੱਲ ਵੀ ਹੋ ਗਈ ਹੈ ਅੱਜ ਤੱਕ ਕੋਈ ਮੁਲਾਜ਼ਮ ਨਹੀਂ ਪਹੁੰਚਿਆ ਇੱਥੇ ਸਾਨੂੰ ਉਲਟਾ ਧਮਕੀਆਂ ਦਿੰਦੇ ਨੇ ਅਸਲੇ ਦੀ ਧਮਕੀਆਂ ਦਿੰਦੇ ਨੇ ਅਸਲੇ ਵਿਖਾਉਂਦੇ ਨੇ ਸਾਨੂੰ ਸਾਡੀ ਦੁਕਾਨ ਅੱਜ ਅਸੀਂ ਖੋਲ੍ਹੀ ਸੀ ਹਫ਼ਤੇ ਬਾਅਦ ਪਰ ਉਹ ਦੁਕਾਨ 'ਤੇ ਗੱਲ ਪੈਣਾ ਚਾਹੁੰਦਾ ਸਾਨੂੰ ਦੁਕਾਨ 'ਤੇ ਉੰਨੀ ਦੇਰ ਨੂੰ ਘਰੇ ਆਏ ਤਾਂ ਮਗਰ ਗੁੰਡੇ ਲੈ ਕੇ ਘਰੇ ਆਏ ਘੱਟ ਤੋਂ ਘੱਟ 40 ਬੰਦੇ ਨਾਲ ਲੈ ਕੇ ਆਏ ਨੇ ਬਾਹਰ ਦੇ ਬੰਦੇ ਸਾਡੇ ਪਿੰਡ ਦੇ ਗਲੀ ਦੇ ਸਾਰੇ ਗੁਆ ਗਏ ਨੇ ਇਸ ਗੱਲ 'ਤੇ ਅਸੀਂ ਆਪਦੀ ਖੇਤ ਦੇ ਵਿੱਚ ਬੈਠੇ ਹਾਂ ਸਾਨੂੰ ਖਤਰਾ ਹੀ ਖਤਰਾ ਹੈ ਸਾਡੀ ਕੋਈ ਕਾਰਵਾਈ ਨਹੀਂ ਹੋ ਰਹੀ ਸੁਣਵਾਈ ਨਹੀਂ ਹੋ ਰਹੀ ਉਲਟਾ ਸਾਨੂੰ ਧਮਕੀਆਂ ਦੇ ਰਹੇ ਨੇ ਮੁਲਾਜ਼ਮ ਸਾਨੂੰ ਕਹਿ ਰਹੇ ਨੇ ਕਿ ਕਿੱਥੇ ਲੜਾਈ ਕਰਨ ਕਰੇ ਜੇ ਸਾਡੇ ਘਰ ਦੇ ਵਿੱਚ ਵੀ ਅਸੀਂ ਨਹੀਂ ਰਹਿ ਸਕਦੇ ਅਜੇ ਗੁੰਡੇ ਉਹ ਪਾਈ ਪੜਨੇ ਆਪਦੇ ਘਰ ਦੇ ਵਿੱਚ ਆ ਤੁਹਾਨੂੰ ਵੀਡੀਓ ਦਿਖਾ ਦਿੰਦੇ ਆਹ ਵੇਖੋ ਜੀ ਵੀਡੀਓ ਇੱਟਾਂ ਰੋੜੇ ਸਾਡੇ ਘਰੇ ਮਾਰ ਕੇ ਗਏ ਨੇ ਡਾਂਗਾ ਦਸਤੇ ਸਾਰਾ ਕੁਛ ਉਹਨਾਂ ਕੋਲ ਅਸੀਂ ਕਿਰਪਾਨਾਂ ਨੰਗੀਆਂ ਲਈ ਫਿਰਦੇ ਸੀ ਇਹ ਗਲੀ ਦੇ ਸਾਰੇ ਬੰਦੇ ਗੁਆ ਹੀ ਨੇ ਦੇਣ ਨਾਲ ਤਿਆਰ ਨੇ ਆਹ ਵੇਖੋ ਜੀ ਸਾਰਾ ਇਕੱਠ ਹੋ ਗਿਆ ਸੀ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਇਹਨਾਂ ਬੰਦੇ ਦੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਸਰ ਜੀ ਸਤਿ ਸ਼੍ਰੀ ਅਕਾਲ ਮੇਰੇ ਕੋਲ ਬੋਲਣ ਨਹੀਂ ਜਾਂਦਾ ਮੈਂ ਬਾਹਰ ਪੱਟੇ ਵੜਦੀ ਪਈ ਸਾਂ ਸਾਨੂੰ ਗੁਆਂਢ ਸਾਹਮਣੇ ਖੜ੍ਹੇ ਸੀ ਕਾਲ ਪੱਟੀ ਜਾਂਦੇ ਸੀ ਉਹਨਾਂ ਕਿਹਾ ਵੀ ਤੁਹਾਡੇ ਘਰ ਬੰਦੇ ਆ ਗਏ ਨੇ ਗੁੰਡੇ ਮੁੰਡੇ ਮੇਰੇ ਚੜ੍ਹ ਗਏ ਕੋਠੀ 'ਤੇ ਗੇਟ ਮਾਰਤੇ ਠੀਕ ਹੈ ਸਾਡੇ ਘਰੇ ਇੱਟਾਂ ਰੋੜੇ ਮੈਨੂੰ ਬਾਹਰ ਠਾ ਲੈਣੇ ਮੇਰਾ ਦੰਦ ਤੋੜਤਾ ਮੈਨੂੰ ਬਾਂਹ ਦੇ ਕਾਪਾ ਮਾਰਾਂ ਨੇ ਮੇਰੇ ਕੱਪੜੇ ਲੀਰੋ ਲੀਰ ਪਾਲਣੇ ਸਾਡੀ ਜਨਾਬ ਬਾਅਦ 'ਚ ਮੈਨੂੰ ਚੱਕਿਆ ਨੇ ਕੋਈ ਸਾਡੀ ਸੁਣਾਈ ਨਹੀਂ ਹੋਈ ਕੋਈ ਕੁਛ ਨਹੀਂ ਹੋਇਆ ਜੀ ਆਹ ਵੇਖੋ ਜੀ ਅੱਗੂ ਜੈਂਪਰ ਹੈਗਾ ਸੀ ਆਹ ਵੇਖੋ ਕਾਪੇ ਮਾਰੇ ਨੇ ਹਾਂ ਕਾਪਾ ਮਾਰਾਂ ਨੇ ਜੈਂਪਰ ਹੈਗਾ ਸੀ ਇੰਨਾ ਕੁ ਬਸ ਸਾਡੀ ਮਾਲਕ ਨੇ ਬਚਤ ਕਰ ਦਿੱਤੀ ਜੀ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਮੈਨੂੰ ਗੁੱਝੀ ਮਾਰ ਦਿੱਤੀ ਨੇ